ਭਾਈ ਗੁਰਦਾਸ ਦੀਆਂ ਬੜੀਆਂ ਬੜੀਆਂ ਵੱਡੀਆਂ ਉਡਾਰੀਆਂ ਨੇ ਸਤਸੰਗ 'ਚ। ਕਹਿੰਦੇ ਨੇ ਲੈ ਕੇ ਨਾ ਕਾਗਜ਼ ਅਤੇ ਤੁਸੀਂ ਪਾਣੀ 'ਚ ਪਾ ਦਿਓ, ਜਦੋਂ ਕਾਗਜ਼ ਪਾਣੀ 'ਚ ਪਿਆ ਉਹਨੂੰ ਉਦੋਂ ਗਲ ਜਾਣਾ ਸਤਸੰਗ 'ਚ, ਅਤੇ ਜੇ ਉਸ ਕਾਗਜ਼ ਨੂੰ ਘਿਓ ਨਾ ਚੋਪੜ ਲਵੋ ਨਾ, ਉਹ ਪਾਣੀ 'ਚ ਗਲਦਾ ਨਹੀਂ ਫਿਰ ਸਤਸੰਗ 'ਚ। ਉਹਨੂੰ ਘਿਓ ਚੋਪੜ ਕੇ ਪਾਓ, ਨਹੀਂ ਗੱਲ ਹੈਗਾ, ਲੂਣ ਹੈ ਉਹ ਤੁਸੀਂ ਜਲ 'ਚ ਪਾ ਦਿਓ, ਉਹਨੇ ਉਦੋਂ ਖੁਰ ਜਾਣਾ ਹੈ। ਉਸ ਲੂਣ ਨੂੰ ਚੋਪੜ ਕੇ ਤੁਸੀਂ ਘਿਓ 'ਚ ਪਾ ਦਿਓ, ਫਿਰ ਖੁਰੇਗਾ ਨਹੀਂ ਸਤਸੰਗ 'ਚ। ਕਹਿੰਦੇ ਨੇ ਜਲ ਵਿੱਚ ਕਾਗਜ਼ ਲੂਣ ਜਿਉਂ ਚੋਪੜ ਘਿਓ ਪਾਏ, ਦੀਵੇ ਵੱਟੀ ਤੇਲ ਸਭ ਰਾਤ ਜਲਾਏ। ਦੀਵਾ ਹੈ ਉਹਦੇ ਵਿੱਚ ਤੇਲ ਹੈ, ਉਸ ਤੇਲ ਦੇ ਵਿੱਚ ਵੱਟੀ ਹੈ, ਬੱਤੀ ਹੈ, ਜਿੱਥੋਂ ਜਗਾ ਦੋ ਪ੍ਰਕਾਸ਼ ਸਾਰੀ ਰਾਤ ਕਰਨਾ ਸਤਸੰਗ 'ਚ। ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ, ਆਕਾਸ਼ ਦੇ ਵਿੱਚ ਡੋਰ ਨੂੰ ਫੜ ਕੇ ਜਿਹਦੇ ਮਰਜ਼ੀ ਤੁਸੀਂ ਪਤੰਗ ਉਡਾ ਲਓ ਸਤਸੰਗ 'ਚ। ਮੂੰਹ ਵਿੱਚ ਗੜ ਦੁਗਾਰ ਫੜ ਜਿਉਂ ਸੱਪ ਲੜਾਏ, ਇੱਕ ਦੁਗਾਰ ਬੂਟੀ ਹੈ ਸਤਸੰਗ 'ਚ, ਉਹਨੂੰ ਤੁਸੀਂ ਆਪਣੇ ਮੂੰਹ 'ਚ ਪਾ ਲਓ ਅਤੇ ਸੱਪ ਲੜਾਈ ਜੋ ਜਿੰਨੇ ਮਰਜ਼ੀ ਸੱਪ ਦਾ ਅਸਰ ਨਹੀਂ ਹੁੰਦਾ ਸਤਸੰਗ 'ਚ। ਕਹਿੰਦੇ ਨੇ ਰਾਜਾ ਫਿਰ ਸਵਾਂਗ ਜਿਉਂ ਸਭ ਦੁੱਖ ਗਵਾਏ, ਰਾਜਾ ਜਿਹੜਾ ਕਿ ਰਾਜਾ ਹੈ ਰਾਤ ਨੂੰ ਫਕੀਰੀ ਦਾ ਲਿਬਾਸ ਧਾਰਨ ਕਰਕੇ ਆਪਣੇ ਸ਼ਹਿਰ ਵਿੱਚ ਫਿਰੇ, ਵੀ ਮੇਰੇ ਸ਼ਹਿਰ 'ਚ ਕੌਣ ਦੁਖੀ ਹੈ ਅਤੇ ਕੌਣ ਸੁਖੀ ਹੈ, ਸਭ ਦੁੱਖ ਦੂਰ ਕਰਦਾ। ਕਹਿੰਦੇ ਨੇ ਸੰਗ ਹੈ ਅੰਦਰ ਸਾਬਤ ਜਿਨ ਗੁਰੂ ਸਹਾਏ ਸਤਸੰਗ 'ਚ। ਸੰਗ ਦੇ ਵਿੱਚ ਉਹ ਸਾਬਤ ਰਹਿੰਦਾ ਹੈ ਜਿਹਦੇ 'ਤੇ ਗੁਰੂ ਕਿਰਪਾ ਕਰੇ, ਆਪਣੀ ਆਪ ਕਿਰਪਾ ਕਰੇ ਗੁਰੂ ਦੇ ਪਿਆਰਿਓ।